ਸੈਸ਼ਨ ਕੋਰਟ ਤਰਨ ਤਾਰਨ ਨੇ ਅੱਜ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਵਿਰਸਾ ਸਿੰਘ ਵਲਟੋਹਾ ਨੂੰ 38 ਸਾਲ ਪੁਰਾਣੇ ਡਾਕਟਰ ਸੁਦਰਸ਼ਨ ਤ੍ਰੇਹਨ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਇਸ ਬਹੁ ਚਰਚਿਤ ਕਤਲ ਕੇਸ ਵਿੱਚ ਲਗਭਗ 2.25 ਸਾਲ ਪਹਿਲਾਂ ਵਲਟੋਹਾ ਦੇ ਖਿਲਾਫ ਚਲਾਨ ਪੇਸ਼ ਕੀਤਾ ਗਿਆ ਸੀ। ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਝੂਠ ਦੀ ਹਾਰ ਅਤੇ ਸੱਚ ਦੀ ਜਿੱਤ ਹੋਈ। ਵਲਟੋਹਾ ਨੇ ਮਾਨਯੋਗ ਅਦਾਲਤ ਦਾ ਵੀ ਧੰਨਵਾਦ ਕੀਤਾ। ਵਲਟੋਹਾ ਨੇ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਾਉਣ ਵਾਲਿਆਂ ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਨਾਲ ਹੋਈ ਇਸ ਜ਼ਿਆਦਤੀ ਤੇ ਕੋਈ ਵੀ ਪੰਥਕ ਧਿਰੇ ਜਾਂ ਪੰਥਕ ਆਗੂ ਨਹੀਂ ਬੋਲਿਆ। ਅੰਤ ਵਿੱਚ ਵਲਟੋਹਾ ਨੇ ਕਿਹਾ ਕਿ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਗੰਭੀਰਤਾ ਨਾਲ ਯਤਨ ਕਰਨੇ ਚਾਹੀਦੇ ਹਨ। ਵਲਟੋਹਾ ਨੇ ਆਪਣੇ ਵਕੀਲਾਂ ਐਡਵੋਕੇਟ ਜੇ ਐਸ ਢਿੱਲੋਂ ਅਤੇ ਐਡਵੋਕੇਟ ਕਮਲਜੀਤ ਸਿੰਘ ਬਾਠ ਦਾ ਵੀ ਧੰਨਵਾਦ ਕੀਤਾ। ਸਭ ਤੋਂ ਪਹਿਲਾਂ ਤਾਂ ਮੈਂ ਸਤਿਗੁਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਦੀ ਰਹਿਮਤ ਦੇ ਨਾਲ ਮੌਜੂਦਾ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕਾਂਗਰਸ ਪਾਰਟੀ ਤੇ ਜ਼ੋਰ ਲੱਗਾ ਹੋਇਆ ਸੀਗਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਡਰਾਉਣਾ ਹੈ, ਵਿਰਸਾ ਸਿੰਘ ਵਲਟੋਹਾ ਨੂੰ ਰਾਜਨੀਤਿਕ ਤੌਰ ਤੇ ਮਾਨਸਿਕ ਤੌਰ ਤੇ ਖਤਮ ਕਰਨਾ ਹੈ ਤੇ 38 ਸਾਲ ਪੁਰਾਣਾ ਜਿਹੜਾ ਕਤਲ ਦਾ ਕੇਸ ਹੈ ਉਹ ਮੇਰੇ ਤੇ ਇਹਨਾਂ ਨੇ 2.25 ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਪਰ ਮੈਂ 10 ਸਾਲ ਦੇ ਲਗਭਗ ਸਮਾਂ ਜੇਲ੍ਹ ਦੇ ਵਿੱਚ ਵੀ ਰਹਿਆ, 2 ਦਰਜਨ ਦੇ ਕਰੀਬ ਮੈਂ ਲੰਬਾ ਸਮਾਂ ਅਦਾਲਤਾਂ ਦੇ ਵਿੱਚ ਕੇਸ ਲੜਦਾ ਵੀ ਰਿਹਾ ਤੇ ਸਾਰਿਆਂ ਚੋਂ ਬਰੀ ਵੀ ਹੋਇਆ ਹੈ, ਕਈਆਂ ਕੇਸਾਂ ਚੋਂ ਮੈਨੂੰ ਡਿਸਚਾਰਜ ਵੀ ਕੀਤਾ ਗਿਆ। ਔਰ ਅੱਜ ਜਿਹੜਾ ਆ ਤਰਨ ਤਾਰਨ ਦੀ ਮਾਨਯੋਗ ਸੈਸ਼ਨ ਕੋਰਟ ਨੇ ਸਾਰੇ ਕੇਸ ਨੂੰ ਦੇਖਦੇ ਹੋਏ ਜਿਹੜੇ ਹੁਣ ਮੌਜੂਦਾ ਸਰਕਾਰ ਵੱਲੋਂ ਗਵਾਹ ਤਿਆਰ ਕੀਤੇ ਗਏ ਸੀ ਉਹਨਾਂ ਦੀ ਗਵਾਹੀਆਂ ਤੋਂ ਬਾਅਦ, ਔਰ ਖਾਸ ਕਰਕੇ ਮੈਂ ਧੰਨਵਾਦੀ ਹਾਂ ਆਪਣੇ ਐਡਵੋਕੇਟਾਂ ਦਾ, ਆਪਣੇ ਵਕੀਲਾਂ ਦਾ, ਛੋਟੇ ਵੀਰਾਂ ਦਾ ਜਿਨ੍ਹਾਂ ਨੇ ਇੰਜ ਸਮਝਿਆ ਕਿ ਇਹ ਵਿਰਸਾ ਸਿੰਘ ਵਲਟੋਹਾ ਦਾ ਕੇਸ ਨਹੀਂ ਸਾਡਾ ਆਪਣਾ ਕੇਸ ਹੈ, ਪਰਿਵਾਰਕ ਮੈਂਬਰਾਂ ਤੋਂ ਵੱਧ ਕੇ ਉਹਨਾਂ ਨੇ ਕੇਸ ਦੀ ਪੈਰਵਾਈ ਕੀਤੀ ਮੇਰੇ ਛੋਟੇ ਵੀਰ ਐਡਵੋਕੇਟ ਜੇ ਐਸ ਢਿੱਲੋਂ ਤੇ ਐਡਵੋਕੇਟ ਕਮਲਜੀਤ ਸਿੰਘ ਬਾਠ, ਔਰ ਅੱਜ ਉਹਨਾਂ ਦੀ ਪੈਰਵਾਈ ਸਦਕਾ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਤੇ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਦੇ ਮਹਾਂਵਾਕ ਅਨੁਸਾਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਹਾਰ ਹੋਈ ਹੈ, ਕਾਂਗਰਸ ਸਰਕਾਰ ਦੀ ਹਾਰ ਹੋਈ ਹੈ, ਕਾਂਗਰਸ ਦੇ ਉਹਨਾਂ ਆਗੂਆਂ ਦੀ ਹਾਰ ਹੋਈ ਹੈ ਜਿਨ੍ਹਾਂ ਨੇ ਛਾਛ ਰਚ ਕੇ ਮੈਨੂੰ ਭੌਂ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਵਾਹਿਗੁਰੂ ਨੇ ਕੂੜ ਦੀ ਹਾਰ ਕੀਤੀ ਹੈ ਤੇ ਸੱਚ ਦੀ ਜਿੱਤ ਕੀਤੀ। ਹਾਂਜੀ ਵਕੀਲ ਸਾਹਿਬ, ਅੱਜ ਡਾਕਟਰ ਤ੍ਰੇਹਨ ਕਤਲਕਾਂਡ ਦੇ ਦਾ ਕੇਸ ਲੱਗਾ ਹੋਇਆ ਸੀ ਮਾਨਯੋਗ ਅਦਾਲਤ ਤਰਨ ਤਾਰਨ ਦੇ ਵਿੱਚ, ਜਿਸ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਤੁਸੀਂ ਉਹਨਾਂ ਦੇ ਵਕੀਲ ਸੀ, ਕੀ ਕਹਿਣਾ ਚਾਹੁੰਦੇ ਪੂਰੇ ਮਾਮਲੇ ਤੇ ਜੀ? ਅੱਜ ਮਾਨਯੋਗ ਅਦਾਲਤ ਸ੍ਰੀ ਚਰਨਜੀਤ ਅਰੋੜਾ ADG ਤਰਨ ਤਾਰਨ ਨੇ ਬਹੁਤ ਵੱਡਾ ਇੱਕ ਇਤਿਹਾਸਕ ਫੈਸਲਾ ਕੀਤਾ ਹੈ। ਇਹ ਅਕਰੰਸ ਜਿਹੜੀ ਹੈ ਇਹ 38 ਸਾਲ ਪੁਰਾਣੀ ਹੈ। 38 ਸਾਲ ਪਹਿਲਾਂ ਡਾਕਟਰ ਤ੍ਰੇਹਨ ਜੋ ਕਿ ਪੱਟੀ ਦੇ ਡਾਕਟਰ ਸੀਗੇ, ਜਿਨ੍ਹਾਂ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਜਿਹੜਾ ਹੈਗਾ ਉਹ ਮਰਡਰ ਕੀਤਾ ਗਿਆ ਸੀਗਾ, ਉਹਦੇ ਵਿੱਚ ਜਿਹੜਾ ਹੈਗਾ ਹੈ ਮੁਕੱਦਮਾ ਨੰਬਰ 346 1983 ਦੇ ਵਿੱਚ ਜਿਹੜਾ ਅੰਡਰ ਸੈਕਸ਼ਨ 302 307 452 34 APC ਅਤੇ 25/66 ਆਰਮਜ ਐਕਟ ਦੇ ਅੰਡਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਕੀਤਾ ਗਿਆ ਸੀ। ਅਤੇ ਇਸ ਕੇਸ ਦਾ ਬਾਅਦ ਵਿੱਚ ਦੋ ਮੁਲਜ਼ਮਾਂ ਨੂੰ ਜਿਹੜਾ ਹੈਗਾ ਅਦਾਲਤ ਨੇ ਪਹਿਲਾਂ ਬਰੀ ਕੀਤਾ ਸੀਗਾ ਅਤੇ ਜਿਹੜਾ ਇਹਨਾਂ ਦੇ ਵਿੱਚ ਵਲਟੋਹਾ ਸਾਹਿਬ ਨੂੰ ਪਹਿਲਾਂ ਡਿਸਚਾਰਜ ਕੀਤਾ ਸੀ, ਪਰ ਇਸ ਦੇ ਵਿੱਚ ਫਿਰ ਦੁਬਾਰਾ ਪੁਲਿਸ ਨੇ 1/2/2019 ਨੂੰ ਦੁਬਾਰਾ ਸਪਲੀਮੈਂਟਰੀ ਚਲਾਨ ਜਿਹੜਾ ਹੈਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ। ਅਤੇ ਅੱਜ ਅਦਾਲਤ ਨੇ ਸਾਰੇ ਗਵਾਹਾਂ ਨੂੰ ਪਹਿਲਾਂ ਪੂਰਾ ਮੌਕਾ ਦਿੱਤਾ, ਗਵਾਹੀਆਂ ਜਿਹੜੀਆਂ ਹੋਈਆਂ ਪ੍ਰੋਪਰ ਸਮਾਂ ਦਿੱਤਾ ਗਿਆ।
ਤੇ ਹੁਣ ਅੱਜ ਜਿਹੜਾ ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣਦੇ ਹੋਏ ਤੇ ਡਿਫੈਂਸ ਕੌਂਸਲ ਦੇ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਵਲਟੋਹਾ ਸਾਹਿਬ ਨੂੰ ਬਾਇਜ਼ਤ ਫਰੀ ਕੀਤਾ। ਤੇ ਮੈਂ ਕਹਾਂਗਾ ਕਿ ਵਲਟੋਹਾ ਸਾਹਿਬ ਵਾਸਤੇ ਅੱਜ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ, ਇੱਕ ਬਹੁਤ ਵੱਡੇ ਜਿਹੜੇ ਹੈਗੇ ਆ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਫੈਸਲਾ ਆਇਆ।